ਅਸਲਾਮ ਅਲੈਕੁਮ ਦੋਸਤੋ, ਬੋਲਤਾ ਕਸ਼ਮੀਰ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ ਅਦਨਾਨ ਅਲਤਾਫ ਅਤੇ ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਚੈਨਲ ਬੋਲਤਾ ਕਸ਼ਮੀਰ। ਜੀ ਬਿਲਕੁਲ ਦੋਸਤੋ, ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਇੰਟਰਸਟਿੰਗ ਔਰ ਬਹੁਤ ਦਿਲਚਸਪ ਹੋ ਰਹੀ ਹੈ, ਕਿਉਂਕਿ ਸਾਡੇ ਪੰਜਾਬ 'ਚੋਂ ਵੇਖਣ ਵਾਲੇ ਬੰਦਿਆਂ ਨੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਜਿਹੜਾ ਨਾ ਵੀਡੀਓ ਪੰਜਾਬੀ 'ਚ ਬਣਾਓ, ਅਤੇ ਅਗਰ ਕਿਸੇ ਬੰਦੇ ਨੂੰ ਸਮਝ ਨਾ ਲੱਗੇ ਤਾਂ ਉਹਦੇ ਕੋਲੋਂ ਮਾਜ਼ਰਤ। ਅਤੇ ਅੱਜ ਦੀ ਜਿਹੜੀ ਵੀਡੀਓ ਹੈ ਅਸੀਂ ਉਹਨਾਂ ਦੀ ਰਿਕੁਐਸਟ 'ਤੇ ਬਣਾ ਰਹੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਜਿਹੜਾ ਨਾ ਆਪਣੀ ਵੀਡੀਓ 'ਚ ਪੰਜਾਬੀ ਬੋਲਿਓ। ਅਤੇ ਚਲੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦੀ ਵੀਡੀਓ ਜਿਹੜੀ ਪੰਜਾਬੀ 'ਚ ਸ਼ੁਰੂ ਕੀਤੀ ਜਾਏ। ਅਤੇ ਅੱਜ ਦੀ ਵੀਡੀਓ ਜਿਹੜੀ ਹੈ ਵੈਸੇ ਵੀ ਬੜੀ ਮੁਨਫਰਿਦ ਔਰ ਯੂਨੀਕ ਜੀ ਹੋਣ ਵਾਲੀ ਹੈ, ਅਤੇ ਬਾਕੀ ਜਿਹੜੇ ਸਾਡੇ ਵਲੌਗਸ ਹਨ, ਜਿਹੜੀਆਂ ਸਾਡੀਆਂ ਵੀਡੀਓਸ ਹਨ, ਉਹਨਾਂ ਤੋਂ ਬਿਲਕੁਲ ਹਟ ਕੇ ਔਰ ਮਜ਼ੇ ਦੀ ਔਰ ਯੂਨੀਕ ਜਿਹੇ ਅੰਦਾਜ਼ ਵਿੱਚ ਇਨਸ਼ਾਅੱਲਾ ਵੀਡੀਓ ਬਣੇਗੀ। ਅੱਜ ਦੀ ਜਿਹੜੀ ਵੀਡੀਓ ਹੈ ਖਰੇਟਾ ਦਾ ਬੜਾ ਖੂਬਸੂਰਤ ਗਰਾਂ, ਜ਼ਾਹਿਰ ਪੰਜਾਬੀ 'ਚ ਗਰਾਂ ਕਹਿੰਦੇ ਨੇ, ਖਰੇਟਾ ਦਾ ਬੜਾ ਹੀ ਖੂਬਸੂਰਤ ਗਰਾਂ ਬੰਡਲੀ ਅਤੇ ਦਰਗੂਟੀ ਬਾਲਾ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉੱਥੋਂ ਦੇ ਥੱਲੇ ਬੰਡਲੀ ਦੇ ਜਿਹੜੇ ਜਿਹੜੇ ਵੀ ਸਾਡੇ ਕੋਲ ਕਲਿੱਪ ਹੈਗੇ ਨੇ, ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਉਮੀਦ ਕਰਾਂਗੇ ਕਿ ਅੱਜ ਦੀ ਵੀਡੀਓ ਜਿਹੜੀ ਹੈ ਇਨਸ਼ਾਅੱਲਾ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰੋਗੇ। ਅਤੇ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਅੰਦਾਜ਼ ਹੀ ਤੁਹਾਡਾ ਆਪਣੇ ਚੈਨਲ 'ਤੇ ਵੈਲਕਮ ਕਰਦੇ ਹਾਂ। ਸਤਿ ਬਿਸਮਿਲਾ ਜੀ ਆਇਆਂ ਨੂੰ, ਅਹਲਨ ਵਸਾਹਲਨ ਮਰਹਬਾ। ਅਤੇ ਬਾਕੀ ਤੁਹਾਨੂੰ ਪਿਛਲੀ ਵੀਡੀਓ 'ਚ ਕਿਹਾ ਸੀ ਕਿ ਤੁਸੀਂ ਆਪਣੀ ਆਪਣੀ ਜ਼ਬਾਨ ਵਿੱਚ ਸਾਨੂੰ ਦੱਸਦੇ ਆ ਜੇ ਕਿ ਤੁਹਾਡੀ ਜ਼ਬਾਨ 'ਚ ਕੀ ਕਹਿੰਦੇ ਨੇ, ਜਿਵੇਂ ਪਿਛਲੀ ਵੀਡੀਓ 'ਚ ਕਿਹਾ ਸੀ ਸਤਿ ਸ਼੍ਰੀ ਅਕਾਲ, ਪਹਿਰ ਅਗਲੇ, ਜੀ ਆਇਆਂ ਨੂੰ ਵੈਲਕਮ। ਤੁਸੀਂ ਆਪਣੀ ਜ਼ਬਾਨ 'ਚ ਨਹੀਂ ਕਮੈਂਟਸ ਕੀਤਾ, ਚਲੋ ਇਸ ਵੀਡੀਓ 'ਚ ਲਾਜ਼ਮੀ ਕਮੈਂਟਸ ਕਰਨਾ। ਅਤੇ ਅੱਜ ਦੀ ਵੀਡੀਓ ਸ਼ੁਰੂ ਕਰਨੇ ਹਾਂ। ਅੱਜ ਦੀ ਜਿਹੜੀ ਵੀਡੀਓ ਹੈ ਕੁਝ ਪੰਜਾਬੀਆਂ ਵਾਸਤੇ ਅਤੇ ਕੁਝ ਜਿਹੜੇ ਸਾਡੇ ਭਰਾ ਪ੍ਰਦੇਸ਼ ਵਿੱਚ ਨੇ, ਜਿਹੜੇ ਸਾਨੂੰ ਪ੍ਰਦੇਸ਼ 'ਚੋਂ ਵੇਖਦੇ ਨੇ ਪਏ, ਉਹਨਾਂ ਵਾਸਤੇ ਇੱਕ ਉਹਨਾਂ ਦੀ ਹੋਰ ਰਿਕੁਐਸਟ ਸੀ ਕਿ ਜਿਹੜਾ ਪਹਾੜੀ ਅੰਦਾਜ਼ ਪਠਵਾਰੀ ਸ਼ੇਰ ਉਸ ਵੀਡੀਓ ਲਾਉਣੀ ਹੈ। ਅਤੇ ਇਨਸ਼ਾਅੱਲਾ ਅੱਜ ਦਾ ਜਿਹੜਾ ਨਾ ਤੁਹਾਡੇ ਵਾਸਤੇ ਪੰਜਾਬੀ ਸਪੈਸ਼ਲ, ਮਤਲਬ ਪਠਵਾਰੀ ਜਿਹੜਾ ਸਪੈਸ਼ਲ ਹੈ ਨਾ ਪਠਵਾਰੀ ਅੰਦਾਜ਼ ਵਿੱਚ, ਉਹ ਹੈ ਸਿੱਧੇ ਦਿਲ ਵਿੱਚ ਤੀਰ ਮਾਰਦੀਆਂ ਇਹ ਅੱਖੀਆਂ ਸੋਹਣੀਆਂ ਯਾਰ ਦੀਆਂ। ਅਤੇ ਇਨਸ਼ਾਅੱਲਾ ਤੁਸੀਂ ਵੀਡੀਓ ਸ਼ੀਡੀਓ ਵੇਖੋ ਅਤੇ ਤੁਹਾਡੇ ਨਾਲ ਇਨਸ਼ਾਅੱਲਾ ਵੀਡੀਓ ਦੇ ਐਂਡ ਉੱਪਰ ਆਪਣੀ ਜ਼ਬਾਨ ਵਿੱਚ ਗੱਲ ਕਰਦੇ ਹਾਂ। ਕੱਦ ਦਾ ਛੋਟਾ
ਵੀਡੀਓ ਸੀ ਇਹ ਇੱਕ ਅਸਾਂ ਕੀ ਰਿਕੁਐਸਟ ਕੀਤੀ ਗਈ ਸੀ ਕਿ ਪੰਜਾਬੀ ਜ਼ਬਾਨ ਵਿੱਚ ਬਣਾਉਣੀ ਹੈ ਅਤੇ ਪਹਿਲੀ ਦਫ਼ਾ ਹੀ ਅਸਾਂ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਅਤੇ ਉਮੀਦ ਹੈ ਕਿ ਵੀਡੀਓ ਤੁਸੀਂ ਕੀ ਜ਼ਰੂਰ ਪਸੰਦ ਆਈ ਹੋ ਸੀ ਤੁਸੀਂ ਕੀ ਵੀਡੀਓ ਸਾਨੂੰ ਹੈਗੀ ਆ ਜੀ ਲੱਗੀ ਹੈ ਤੁਸੀਂ ਪੰਜਾਬੀ ਜ਼ਬਾਨ ਵਿੱਚ ਵੀ ਵਲੋਗ ਸਟਾਰਟ ਤੱਕ ਆਇਆ ਉਸ ਤੋਂ ਇਲਾਵਾ ਇਹ ਮਾਸ਼ਾਅੱਲਾ ਦੁਰਗੂਟੀ ਬਾਲਾ ਨੇ ਕੁਛ ਸ਼ੋਰਟਸ ਹਨ ਔਰ ਉੱਥੋਂ ਨੀਚੇ ਵਾਦੀ ਹੈ ਬਣਾ ਔਰ ਖਾਸ ਕਰੀ ਦਾ ਬੰਡਲਿਨ ਵੀਡੀਓ ਸੀ ਜਿਹੜੀ ਇਹ ਤੁਸੀਂ ਨਾਲ ਸ਼ੇਅਰ ਕੀਤੀ ਹੈ ਅਤੇ ਤੁਸੀਂ ਕੀ ਇਹ ਵੀਡੀਓ ਕੀ ਅੱਜ ਲੱਗੀ ਹੈ ਅਸਾਂ ਕੀ ਲਾਜ਼ਮੀ ਕਮੈਂਟਸ ਕਰੀ ਦਾ ਦੱਸਣਾ ਆ ਅਤੇ ਜੁੜੇ ਰਹੋ ਸਾਡੇ ਨਾਲ ਨਵੀਆਂ ਨਵੀਆਂ ਪਿਆਰੀਆਂ ਪਿਆਰੀਆਂ ਆਪਣੇ ਕਸ਼ਮੀਰ ਦੀਆਂ ਵੀਡੀਓ ਤੱਕਣ ਵਾਸਤੇ ਤੁਸੀਂ ਅਸਲ ਦਾ ਜਿਹੜਾ ਯੂਟਿਊਬ ਚੈਨਲ ਹੈ ਬੋਲਤਾ ਕਸ਼ਮੀਰ ਇਸ ਕੀ ਲਾਜ਼ਮੀ ਸਪੋਰਟ ਕਰਿਆ ਕਰੋ ਤੁਸੀਂ ਸਪੋਰਟ ਨਾਲ ਅਸਾਂ ਦੀ ਬੜੀ ਹੌਸਲਾ ਅਫਜ਼ਾਈ ਹੋਣੀ ਹੈ ਕੋਸ਼ਿਸ਼ ਕਰਿਆ ਕਰੋ ਅਗਰ ਵੀਡੀਓ ਖੋਲ੍ਹਣੇ ਹੋਣੇ ਹੋ ਔਰ ਵੀਡੀਓ ਕੀ ਐਂਡ ਤੱਕ ਹੀ ਸੁਣਨੇ ਹੋ ਤਾਂ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰਿਆ ਕਰੋ ਔਰ ਵੀਡੀਓ ਕੀ ਲਾਇਕ ਕਰੀ ਆਪਣਾ ਇੱਕ ਪਿਆਰਾ ਜਿਹਾ ਔਰ ਸੋਹਣਾ ਜਿਹਾ ਕਮੈਂਟਸ ਲਾਜ਼ਮੀ ਕਰਿਆ ਕਰੋ ਕਮੈਂਟ ਸੈਕਸ਼ਨ ਹੀ ਤੁਸੀਂ ਕਮੈਂਟਸ ਜਿਹੜਾ ਅਸਾਂ ਕੀ ਲੱਭਣਾ ਫੀਡਬੈਕ ਨਾ ਅਤੇ ਯਕੀਨ ਦੇਣਾ ਬੜਾ ਮਜ਼ਾ ਆਸ਼ਨਾ ਆ ਤਾਂ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੀਂ ਜੀ ਔਰ ਪਿਆਰੀ ਜੀ ਇੰਟਰਸਟਿੰਗ ਵੀਡੀਓ ਨਾਲ ਤੁਸੀਂ ਨਾਲ ਮੁਲਾਕਾਤ ਕਰ ਸਾਂ ਤਾਂ ਤੁਸੀਂ ਕੀ ਹੈ ਪੰਜਾਬੀ ਜ਼ਬਾਨ ਵਿੱਚ ਅੱਜ ਨਾ ਵਿਲਾਗ ਕੀ ਹੈ ਜਿਹਾ ਲਗਾਇਆ ਕਮੈਂਟਸ ਵਿੱਚ ਲਾਜ਼ਮੀ ਦੱਸਣਾ ਆ ਆਪਣੀਆਂ ਦੁਆਵਾਂ 'ਚ ਅਸਾਂ ਕੀ ਲਾਜ਼ਮੀ ਯਾਦ ਰੱਖਣਾ ਅੱਲਾ ਸੋਹਣੇ ਨਾਲ।